ਜੀ, ਟੀਵੀ ਦੇਖਣ ਵਾਲੇ ਸਾਰੇ ਵਿਅਰਸ ਨੂੰ ਮੈਂ ਵੈਲਕਮ ਕਰਦੀ ਹਾਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਕਰਦੀ ਹਾਂ ਜੋ ਤੁਸੀਂ ਮੇਰੇ ਵੀਡੀਓ ਦੇਖਦੇ ਹੋ, ਔਰ ਉਹ ਸਾਰੇ ਹੀ ਸਬਸਕ੍ਰਾਈਬਰ ਜਿਨ੍ਹਾਂ ਨੇ ਮੇਰੇ ਵੀਡੀਓ ਨੂੰ ਲਾਈਕ ਕੀਤਾ ਐਂਡ ਮੈਨੂੰ ਸਬਸਕ੍ਰਾਈਬ ਕੀਤਾ, ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੁਹਾਡੇ ਸਾਰਿਆਂ ਦਾ। ਅੱਜ ਜਿਹੜਾ ਮੈਂ ਵੀਡੀਓ ਬਣਾ ਰਹੀ ਹਾਂ, ਇਹ ਇੱਕ ਬਹੁਤ ਹੀ ਪ੍ਰੀਸ਼ੀਅਸ ਵੀਡੀਓ ਹੈ ਮੇਰੇ ਲਈ, ਕਿਉਂਕਿ ਮੈਂ ਬਹੁਤ ਵੱਡੀ ਫੋਲੋਅਰ ਹਾਂ ਐਂਡ ਫੈਨ ਹਾਂ ਸਰਦਾਰ ਜਗਮੀਤ ਸਿੰਘ ਐਨਡੀਪੀ ਲੀਡਰ ਕੈਨੇਡਾ ਦੇ ਜੋ ਹੈਗੇ ਹੈ। ਤਾਂ ਜਦੋਂ ਉਹ ਲੀਡਰ ਬਣੇ ਸੀ ਉਸ ਟਾਈਮ ਮੈਂ ਇੱਕ ਵੀਡੀਓ ਬਣਾਈ ਸੀ ਕਿ ਮੈਂ ਆਪਣੀ ਖੁਸ਼ੀ ਜ਼ਾਹਿਰ ਕੀਤੀ ਸੀ। ਅੱਜ ਦੀ ਜਿਹੜੀ ਮੈਂ ਵੀਡੀਓ ਹੈ, ਇਹ ਵੀ ਪਰਮਾਤਮਾ ਨੇ ਉਹਨਾਂ ਨੂੰ ਬਹੁਤ ਵੱਡੀ ਖੁਸ਼ੀ ਬਖਸ਼ੀ ਹੈ ਕਿ ਕੈਨੇਡਾ ਦਾ ਸਭ ਤੋਂ ਮੋਸਟ ਐਲੀਜੀਬਲ ਬੈਚਲਰ, ਜਿਹਦੇ 'ਤੇ ਲੱਖਾਂ ਕੁੜੀਆਂ ਮਰਦੀਆਂ ਨੇ, ਐਂਡ ਉਹਨਾਂ ਦਾ ਜੋ ਐਟੀਟਿਊਡ ਹੈ ਔਰ ਉਹਨਾਂ ਦਾ ਜੋ ਲਾਈਫ ਸਟਾਈਲ ਹੈ, ਐਂਡ ਜਦੋਂ ਉਹ ਰੇਸਿਸਟ ਲੋਕਾਂ ਨੂੰ ਹੈਂਡਲ ਕਰਦੇ ਨੇ, ਚਾਹੇ ਉਹ ਐਕਸਰਸਾਈਜ਼ ਕਰਦੇ ਨੇ, ਚਾਹੇ ਉਹ ਸਾਈਕਲਿੰਗ ਕਰਦੇ ਨੇ, ਜਾਂ ਫਿਰ ਉਹਨਾਂ ਦਾ ਜੋ ਸਿੰਪਲ ਨੋਰਮਲ ਜੋ ਸਟਾਈਲ ਹੈ ਉਹ ਬਹੁਤ ਹੀ ਜ਼ਿਆਦਾ ਲੋਕਾਂ ਨੂੰ ਪਸੰਦ ਹੈ, ਐਂਡ ਉਹਨਾਂ ਦੀ ਜੀਵਨ ਦੀ ਖੁਸ਼ੀ ਦੇ ਵਿੱਚ ਮੈਂ ਸ਼ਾਮਿਲ ਹੋਣਾ ਚਾਹੁੰਦੀ ਹਾਂ ਕਿ ਉਹਨਾਂ ਦੀ ਰੀਸੈਂਟਲੀ ਜੋ ਰੋਕਾ ਹੋਇਆ ਹੈ ਗੁਰਕਿਰਨ ਕੌਰ ਸੰਧੂ ਦੇ ਨਾਲ, ਮੈਂ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦੀ ਹਾਂ। ਐਂਡ ਮੈਂ ਪਰਮਾਤਮਾ ਅੱਗੇ ਇੱਦਾਂ ਹੀ ਅਰਦਾਸ ਕਰਦੀ ਹਾਂ ਕਿ ਉਹਨਾਂ ਦੀ ਨੈਕਸਟ ਜੋ ਸਟੈਪ ਹੈ, ਜੋ ਉਹਨਾਂ ਦੇ ਲਾਈਫ ਪਾਰਟਨਰ ਦੇ ਨਾਲ ਜੋ ਮੈਰਿਜ ਦਾ ਹੈਗਾ, ਤਾਂ ਮੈਂ ਨੈਕਸਟ ਵੀਡੀਓ ਮੈਰਿਜ 'ਤੇ ਬਣਾਵਾਂਗੀ। ਮੇਰੇ ਵੱਲੋਂ ਸਰਦਾਰ ਜਗਮੀਤ ਸਿੰਘ ਐਨਡੀਪੀ ਲੀਡਰ ਐਂਡ ਕੈਨੇਡਾ ਦੇ ਬਹੁਤ ਹੀ ਜ਼ਿਆਦਾ ਫੇਮਸ ਲੀਡਰ ਜਿਹੜੇ ਉਹ ਬਣ ਰਹੇ ਨੇ, ਫਿਊਚਰ ਦੇ ਵਿੱਚ ਹੋ ਸਕਦਾ ਹੈ ਕਿ ਉਹ ਪ੍ਰਾਈਮ ਮਿਨਿਸਟਰ ਵੀ ਬਣਨਗੇ, ਤਾਂ ਉਹਨਾਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ। ਜੀਤ ਕੌਰ ਟੀਵੀ ਦੇ ਵੱਲੋਂ ਬਹੁਤ ਬਹੁਤ ਉਹਨਾਂ ਨੂੰ ਵਧਾਈ। ਪਰਮਾਤਮਾ ਇੱਦਾਂ ਹੀ ਤੁਹਾਨੂੰ ਖੁਸ਼ੀਆਂ ਬਖਸ਼ਦਾ ਰਹੇ, ਐਂਡ ਤੁਸੀਂ ਕਾਮਯਾਬ ਹੁੰਦੇ ਰਹੋ, ਆਪਣੀ ਸਿੱਖੀ ਦਾ ਨਾਮ ਤੁਸੀਂ ਰੋਸ਼ਨ ਕਰਦੇ ਰਹੋ, ਐਂਡ ਸਾਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਆਪਣਾ ਸਰਦਾਰ ਭਰਾ ਕਾਮਯਾਬੀ ਦੇ ਅਗਰਸਰ ਹੁੰਦਾ ਹੈ, ਐਂਡ ਜੋ ਕਿ ਇੱਕ ਸੱਚਾ ਸਿੱਖ ਹੈ, ਐਂਡ ਉਹਨਾਂ ਦੀ ਖੁਸ਼ੀਆਂ ਦੇ ਵਿੱਚ ਪਰਮਾਤਮਾ ਦੇ ਅੱਗੇ ਅਰਦਾਸ ਹੈ ਕਿ ਉਹਨਾਂ ਨੂੰ ਇੱਦਾਂ ਹੀ ਖੁਸ਼ੀਆਂ ਬਖਸ਼ਦੇ ਰਹਿਣ। ਥੈਂਕ ਯੂ ਸੋ ਵੈਰੀ ਮੱਚ ਫੋਰ ਵਾਚਿੰਗ। ਹੈਵ ਏ ਗੁੱਡ ਡੇ।